ਸ਼ੱਕੀ ਪਤੀ ਨੇ ਆਪਣੀ ਪਤਨੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪਤੀ ਫਰਾਰ ਦੱਸਿਆ ਜਾ ਰਿਹਾ ਹੈ। ਤਾਂ ਗਿੱਦੜਬਾਹਾ ਦੇ ਵਿੱਚ ਕਤਲ ਦੀ ਵੱਡੀ ਵਾਰਦਾਤ ਹੋਈ ਹੈ। ਜੀ ਹਾਂ, ਪਤੀ ਨੇ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ। ਰੌਡ ਦੇ ਨਾਲ ਸਿਰ ਦੇ ਵਿੱਚ ਹਮਲਾ ਕਰਕੇ ਮੌਤ ਦੇ ਘਾਟ ਉਤਾਰਤੀ ਹੈ ਪਤਨੀ। ਤਾਂ ਤੁਹਾਨੂੰ ਦੱਸ ਦਈਏ ਕਿ ਪਤਨੀ ਦੇ ਕਰੈਕਟਰ 'ਤੇ ਸ਼ੱਕ ਕਰਦਾ ਸੀ ਪਤੀ। ਤਾਂ ਜਿਸ ਤੋਂ ਬਾਅਦ ਲੜਾਈ ਹੁੰਦੀ ਹੈ, ਲੜਾਈ ਦੇ ਵਿੱਚ ਪਤੀ ਨੂੰ ਇੰਨਾ ਜ਼ਿਆਦਾ ਗੁੱਸਾ ਆ ਜਾਂਦਾ ਕਿ ਉਹ ਰੌਡ ਚੱਕਦਾ ਹੈ ਅਤੇ ਪਤਨੀ ਦੇ ਸਿਰ 'ਤੇ ਕਈ ਵਾਰ ਕਰਦਾ ਹੈ, ਜਿਸ ਕਰਕੇ ਪਤਨੀ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਅਤੇ ਪਤੀ ਫਰਾਰ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ 6 ਸਾਲ ਪਹਿਲਾਂ ਵਿਆਹ ਹੋਇਆ ਸੀ ਦੋਹਾਂ ਦਾ। ਮ੍ਰਿਤਕਾਂ ਦਾ ਨਾਮ ਹਰਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ। 6 ਸਾਲ ਪਹਿਲਾਂ ਇਸ ਘਰ 'ਚ ਵਿਆਹ ਕੇ ਆਈ ਸੀ, ਪਰ ਇਸ ਦੇ ਚਰਿੱਤਰ 'ਤੇ ਇਸ ਦਾ ਪਤੀ ਸ਼ੱਕ ਕਰਨ ਲੱਗ ਗਿਆ। ਸ਼ੱਕੀ ਪਤੀ ਤੋਂ ਤੰਗ ਆ, ਰੋਜ਼ਾਨਾ ਲੜਾਈਆਂ ਵੀ ਹੁੰਦੀਆਂ ਸੀ ਹਰਪ੍ਰੀਤ ਕੌਰ ਅਤੇ ਉਸਦੇ ਪਤੀ ਦੇ ਵਿਚਾਲੇ, ਪਰ ਅੱਜ ਹਰਪ੍ਰੀਤ ਕੌਰ ਦੇ ਪਤੀ ਨੇ ਉਸਦਾ ਕਤਲ ਕਰ ਦਿੱਤਾ। ਲੜਕੀ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਹੈ। ਮੁਲਜ਼ਮ ਪਤੀ ਦੀ ਜਿਹੜੀ ਭਾਲ ਹੈ ਉਹ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਤਾਂ ਗਿੱਦੜਬਾਹਾ ਦੇ ਲੰਬੀ ਰੋਡ ਉੱਤੇ ਵਾਰਡ ਨੰਬਰ 15 ਦੇ ਚੰਦਸਰ ਵਾਲਾ ਰਾਹ 'ਤੇ ਸਥਿਤ ਇੱਕ ਘਰ ਦੇ ਵਿੱਚੋਂ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ 6 ਸਾਲ ਪਹਿਲਾਂ ਇੰਦਰਜੀਤ ਸਿੰਘ, ਜੋ ਕਿ ਦੋਸ਼ੀ ਦੱਸਿਆ ਜਾ ਰਿਹਾ ਹੈ, ਉਸਦਾ ਹਰਪ੍ਰੀਤ ਕੌਰ ਦੇ ਨਾਲ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇ ਵਿਚਕਾਰ ਪਹਿਲਾਂ ਤਾਂ ਪਿਆਰ ਬਣਿਆ ਰਿਹਾ, ਬਾਅਦ ਦੇ ਵਿੱਚ ਤਕਰਾਰ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਸ਼ੱਕੀ ਪਤੀ ਹਰਪ੍ਰੀਤ 'ਤੇ ਸ਼ੱਕ ਕਰਦਾ ਸੀ, ਰੋਜ਼ਾਨਾ ਕੁੱਟਮਾਰ ਕਰਦਾ ਸੀ। ਬੀਤੇ ਦਿਨ ਉਸਦੀ ਲੜਕੀ ਜਿਹੜੀ ਹੈ ਹਰਪ੍ਰੀਤ ਕੌਰ, ਉਸਨੇ ਫੋਨ ਕਰਕੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਕੁੱਟਮਾਰ ਦੀ ਗੱਲ ਵੀ ਦੱਸੀ, ਜਿਸ ਤੋਂ ਬਾਅਦ ਅੱਜ ਸਵੇਰੇ ਫਿਰ ਲੜਾਈ ਹੋਈ ਅਤੇ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ, ਉਹ ਵੀ ਸਿਰ 'ਚ ਰਾੜਾ ਮਾਰ ਮਾਰ ਕੇ। ਅਤੇ ਵੱਡੀ ਖਬਰ ਹੈ ਜਿਹੜੀ ਉਹ ਗਿੱਦੜਬਾਹਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ 6 ਸਾਲ ਪਹਿਲਾਂ ਵਿਆਹੀ ਕੁੜੀ ਦਾ ਉਸਦੇ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਜੀ, ਲੜਕੀ ਹਰਪ੍ਰੀਤ ਕੌਰ ਸੀ, ਸ਼ਾਦੀਸ਼ੁਦਾ ਸੀ, 25-26 ਸਾਲ ਦੀ ਏਜ ਸੀ। ਇਹਨੂੰ ਇਹਦੇ ਹਸਬੈਂਡ ਨੇ ਕੱਲ੍ਹ ਕਤਲ ਕਰ ਦਿੱਤਾ, ਅਤੇ ਜਿਹਦੇ ਅਸੀਂ ਡੈਡ ਬੋਡੀ ਕਬਜ਼ੇ 'ਚ ਲੈ ਕੇ ਹੁਣ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ। ਸਰ, ਪੂਰੀ ਕੀ ਮਾਮਲਾ ਸੀਗਾ, ਕਿਸ ਗੱਲ ਨੂੰ ਲੈ ਕੇ ਨਹੀਂ ਕੀਤਾ ਹੈ? ਇਹਦੀ ਕੋਈ ਨਜਾਇਜ਼ ਸੰਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੈਂਡ, ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ, ਬਾਕੀ ਤਫਤੀਸ਼ ਜਾਰੀ ਹੈ। ਸਰ, ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ? ਇਹ ਅਜੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਦੱਸਾਂਗੇ। ਕੋਈ ਤੇਜ਼ ਧਾਰ ਹਥਿਆਰ ਸੀ, ਭਾਰੀ, ਜਿਹਦੇ ਨਾਲ ਉਹਦੇ ਸਿਰ 'ਤੇ ਸੱਟਾਂ ਨੇ ਦੋ, ਅਤੇ ਇਸ ਤੋਂ ਇਲਾਵਾ ਬਾਂਹ 'ਤੇ ਵੀ ਸੱਟ ਹੈਗੀ ਹੈ, ਵੈਪਨ ਰਿਕਵਰ ਕਰਾ ਕੇ ਤੁਹਾਨੂੰ ਦੱਸ ਦਿੰਦੇ। ਸਰ, ਮ੍ਰਿਤਕਾ ਕੀ ਕੰਮ ਕਰਦੀ ਸੀ ਅਤੇ ਇਹਦੇ ਘਰਵਾਲਾ ਕੀ ਕੰਮ ਕਰਦਾ ਸੀਗਾ? ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ, ਜਿਹੜਾ ਇਹਦਾ ਘਰਵਾਲਾ ਇੰਦਰਜੀਤ ਸਿੰਘ ਹੈ, ਇਹ ਇੱਥੇ ਕੋਈ ਫੈਕਟਰੀ ਹੈ ਉੱਥੇ ਲੇਬਰ ਦਾ ਕੰਮ ਕਰਦਾ ਸੀ, ਅਤੇ ਇਹ ਲੜਕੀ ਕੋਈ ਇੱਥੇ ਇੱਕ ਕੱਪੜੇ ਦੀ ਦੁਕਾਨ ਹੈ, ਪਲੱਸ ਕੋਈ ਹੋਰ ਜਿੰਮ ਵਗੈਰਾ ਹੈਗੀ ਹੈ, ਉੱਥੇ ਕੰਮ ਕਰਦੀ ਸੀ। ਸਰ, ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਕਦੋਂ ਤੱਕ ਪੋਸੀਬਲ ਹੈ? ਜਲਦੀ ਕਰ ਲਵਾਂਗੇ।